ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਇਸ ਵੇਲੇ ਗੁਰਦਾਸਪੁਰ ਦੇ ਭਾਰਤ ਪਾਕ ਸਰਹੱਦ ਚੌਂਤਰਾ ਸੈਕਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ, BSF ਜਵਾਨਾਂ ਨੇ ਚੌਂਤਰਾ ਪੋਸਟ ਦੇ ਨੇੜੇ ਉਹ 22 ਕਿਲੋ ਹੀਰੋਇਨ ਸਮੇਤ RDX 2 ਮੈਗਜ਼ੀਨਾਂ, ਵਾਈਫਾਈ ਕਨੈਕਟਰ, 2X ਸਮਾਰਟਫੋਨ, 1X ਸਮਾਰਟਫੋਨ, 4 ਜੋੜਾ ਜੁੱਤੇ, 1 ਪਾਈਪ ਫੜਨ ਵਿੱਚ ਵੱਡੀ ਸਫਲਤਾ ਹਾਸਲ ਕਰਤੀ ਹੈ, ਜੋ ਰਾਤ ਦੇ 3:30 ਵਜੇ ਦੀ ਇਹ ਘਟਨਾ ਹੈ, ਜਿਸ ਨੂੰ BSF ਦੇ ਜਵਾਨਾਂ ਨੇ ਨਾਪਾਕ ਇਰਾਦੇ ਵਾਲਿਆਂ ਨੂੰ ਜੋ ਇਸ ਧੱਦੇ ਵਿੱਚ ਲੱਗੇ ਹੋਏ ਸਨ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸ ਦਈਏ ਕਿ ਦੇਰ ਰਾਤ 3:30 ਵਜੇ ਦੇ ਕਰੀਬ BSF ਦੇ ਜਵਾਨਾਂ ਵੱਲੋਂ 28 BSF BN ਦੀ ਇੱਕ ਟੀਮ ਵੱਲੋਂ ਲਗਭਗ 22 ਕਿਲੋ ਹੀਰੋਇਨ, 90 RTX 2 ਮੈਗਜ਼ੀਨਾਂ, ਵਾਈਫਾਈ ਕਨੈਕਟਰ, 2X ਸਮਾਰਟਫੋਨ, 1X ਸਧਾਰਨ ਫੋਨ, 4 ਜੋੜੇ ਜੁੱਤੇ ਅਤੇ 1 ਪਾਈਪ ਬਰਾਮਦ ਕੀਤੀ ਗਈ ਹੈ, ਜਿਸ ਨਾਲ ਉੱਥੇ ਸਨਸਨੀ ਫੈਲੀ ਗਈ ਹੈ। ਦੱਸ ਦਈਏ ਕਿ ਗੁਰਦਾਸਪੁਰ ਸੈਕਟਰ ਦਾ BPO BSF ਦੇ ਚੌਂਤਰਾ ਪੋਸਟ ਨੇੜੇ ਫੈਂਸਿੰਗ ਨੇੜੇ ਕੁਝ ਹਲਚਲ ਦੇਖੀ, ਤਾਂ ਇਸ ਤੋਂ ਬਾਅਦ ਹਲਚਲ ਜਾਰੀ ਰਹਿਣ ਤੋਂ ਬਾਅਦ BSF ਅਤੇ TPS ਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਕੁਛ ਪਾਕਿਸਤਾਨ ਵਾਲੇ ਤਸਕਰ ਪਾਕ ਸਾਈਡ ਵੱਲ ਭੱਜੇ ਅਤੇ ਤਲਾਸ਼ੀ ਲੈਣ ਤੋਂ ਬਾਅਦ BSF ਨੇ ਮੌਕੇ 'ਤੇ ਹੀਰੋਇਨ ਸਣੇ 2 ਸਮਾਨ ਬਰਾਮਦ ਕੀਤੇ ਹਨ। ਦੱਸ ਦਈਏ ਕਿ ਖੇਤਰ ਵਿੱਚ ਅਜੇ ਵੀ ਭਾਲ ਜਾਰੀ ਹੈ। BSF ਦੇ ਅਧਿਕਾਰੀ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਕਰਨਗੇ ਅਤੇ ਸਾਰੀ ਵਾਰਦਾਤ ਤੋਂ ਜਾਣੂ ਕਰਾਉਣਗੇ, ਲੇਕਿਨ ਅਜੇ ਦੱਸ ਦਈਏ ਕਿ ਅਜੇ ਵੀ ਉੱਥੇ ਤਲਾਸ਼ੀ ਅਭਿਆਨ ਜਾਰੀ ਹੈ। BSF ਦੇ ਜਵਾਨਾਂ ਨੇ ਵੱਡੀ ਸਫਲਤਾ ਹਾਸਲ ਕਰਦੀ ਹੈ। ਜੀ ਹਾਂ, ਦੱਸ ਦਈਏ ਕਿ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਹੈ ਕਿ BSF ਦੇ ਜਵਾਨਾਂ ਨੇ ਚੌਂਤਰਾ ਪੋਸਟ ਤੋਂ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਫੇਲ ਕੀਤਾ ਹੈ। ਜੀ ਹਾਂ, ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਅਜੇ ਵੀ ਬਾਜ ਨਹੀਂ ਆ ਰਿਹਾ, ਜਿਸ ਨੂੰ ਰਾਤ 3 ਵਜੇ BSF ਦੇ ਜਵਾਨਾਂ ਨੇ ਚੌਂਤਰਾ ਪੋਸਟ ਨੇੜੇ ਉਹਨਾਂ ਦੀ ਪਲੈਨ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਅਤੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ, ਜਿਸ ਉੱਪਰ ਦੁਪਹਿਰ 3 ਵਜੇ ਵੱਡੇ ਅਧਿਕਾਰੀ ਇਸ ਸਾਰੀ ਖਬਰ ਉੱਪਰ ਸਪਸ਼ਟੀਕਰਨ ਕਰਨਗੇ ਅਤੇ ਦੱਸਣਗੇ ਕਿ ਕਿਵੇਂ ਇਹ ਘਟਨਾ ਵਾਪਰੀ। ਫਿਲਹਾਲ ਚੌਂਤਰਾ ਪੋਸਟ 'ਤੇ ਅਜੇ ਵੀ ਤਲਾਸ਼ੀ ਅਭਿਆਨ ਜਾਰੀ ਹੈ।